ਗਵਾਂਡੀ ਵਧੇਰੇ ਮਹੱਤਵਪੂਰਨ ਹੁੰਦਾ ਜਾ ਰਿਹਾ ਹੈ। ਕਿਰਾਏਦਾਰ ਜਿਹੜਾ ਹੈ ਮਾਲਕ ਮਕਾਨ ਦੇ ਨਾਲ ਉਸ ਦਾ ਰਿਲੇਸ਼ਨਸ਼ਿਪ ਜਿਹੜਾ ਵੱਧ ਰਿਹਾ ਹੈਗਾ। ਹੂੰ। ਮਿਸਾਲ ਦੇ ਤੌਰ ਤੇ ਜੇ ਮੇਰਾ ਕਿਰਾਏਦਾਰ ਡਾਕਟਰ ਹੈ ਜਾਂ ਮੇਰਾ ਗਵਾਂਡੀ ਡਾਕਟਰ ਤੇ ਮੈਂ ਉਸ ਨਾਲ ਬਣਾ ਕੇ ਰੱਖਾਂਗਾ ਕਿਉਂਕਿ ਉਹ ਫਾਇਦੇਮੰਦ ਬੰਦਾ ਹੈਗਾ। ਉਹ ਯੂਸਫੁਲ ਬੰਦਾ ਹੈਗਾ। ਸੋ ਲੋਕਾਂ ਦੀ ਸਮਝ ਵਧ ਰਹੀ ਵਧ ਰਹੀ ਹੈ। ਉਸ ਵਧੇ ਹੋਈ ਸਮਝ ਨਾਲ ਰਿਸ਼ਤਿਆਂ ਦੀ ਜਿਹੜੀ ਕਿਸਮ ਹੈਗੀ ਹੈ ਉਹ ਬਦਲ ਰਹੀ ਹੈ। ਹੂੰ। ਇਸ ਦਾ ਇਸ ਗੱਲ ਨੂੰ ਇਵੇਂ ਸਮਝਣ ਦੀ ਲੋੜ ਹੈਗੀ ਹੈ ਕਿ ਅਸੀਂ ਇੱਕ ਨਵੇਂ ਯੁੱਗ ਦੇ ਵਿੱਚ ਪ੍ਰਵੇਸ਼ ਕਰ ਰਹੇ ਹਾਂ ਪਿਛੇ ਜਿਹੇ ਮੈਂ ਕਿਹਾ ਕਿ ਜ਼ਿੰਦਗੀ ਦੇ ਵਿੱਚ ਨਾ ਵੈਰਾਈਟੀ ਆ ਗਈ ਹੈਗੀ ਹਰ ਚੀਜ਼ ਦੀ ਆਪਾਂ ਹੋਟਲ 'ਚ ਜਾਂਦੇ ਆ ਗਿਆਂ ਕਿੰਨੀਆਂ ਹੀ ਡਿਸ਼ੇਸ ਹੁੰਦੀਆਂ ਹਨ ਹਲਵਾਈ ਦੀ ਦੁਕਾਨ ਤੇ ਜਾਂਦੇ ਆ ਕਿੰਨੀਆਂ ਹੀ ਮਠਿਆਈਆਂ ਵਗੈਰਾ ਬਣੀਆਂ ਹੁੰਦੀਆਂ ਹੈਗੀਆਂ ਕੱਪੜਾ ਲੈਂਦੇ ਆ ਕਿੰਨੇ ਹੀ ਕੱਪੜੇ ਦੇਖਦੇ ਹੈਗੀਆਂ ਮਕਾਨ ਕਿਰਾਏ ਤੇ ਲੈਂਦੇ ਆ ਕਿੰਨੇ ਹੀ ਮਕਾਨ ਵੇਖਦੇ ਹੈਗੇ ਇਸ ਤਰ੍ਹਾਂ ਮਨੁੱਖੀ ਰਿਸ਼ਤਿਆਂ ਵਿੱਚ ਵੀ ਤਬਦੀਲੀ ਆ ਰਹੀ ਹੈ ਹੈ ਹੁਣ ਹਰੇਕ ਪੁਰਸ਼ ਤੇ ਹਰੇਕ ਇਸਤਰੀ 4 5 6 ਪੁਰਸ਼ਾਂ ਦੇ 4 5 6 ਇਸਤਰੀਆਂ ਦੇ ਸੰਪਰਕ ਵਿੱਚ ਆਵੇਗਾ ਉਹ ਸੰਪਰਕ ਵਿੱਚ ਆਉਣਾ ਜਿਹੜਾ ਹੈਗਾ ਉਹ ਇੱਕ ਨਵੀਂ ਸੰਭਾਵਨਾ ਜਿਹੜੀ ਪੈਦਾ ਹੋਈ ਹੈ ਟੈਲੀਫੋਨ ਨੇ ਰਿਸ਼ਤੇ ਬਦਲ ਦਿੱਤੇ ਹਨ ਟੈਲੀਫੋਨ ਨੇ ਰਿਸ਼ਤੇ ਪੌਣੇ ਸੌਕੇ ਕਰ ਦਿੱਤੇ ਹਨ ਟੈਲੀਫੋਨ ਬਹੁਤ ਸਾਰੇ ਉਹਦੇ ਵਿੱਚ ਗੁਣ ਵੀ ਹਨ ਤੇ ਬਹੁਤ ਸਾਰੇ ਔਗਣ ਵੀ ਹਨ ਜਿਹੜੀ ਚੀਜ਼ ਚੰਗੀ ਹੋਵੇਗੀ ਉਹਦੇ ਔਰ ਇਹ ਦੁਰਵਰਤੋਂ ਵੀ ਕੀਤੀ ਜਾਵੇਗੀ ਹੂੰ ਸੋ ਇਸ ਢੰਗ ਨਾਲ ਕੀ ਹੋ ਰਿਹਾ ਹੈਗਾ ਕਿ ਇੱਕ ਮੈਨੂੰ ਵਕੀਰ ਦਾ ਫੋਨ ਆਇਆ ਕਹਿੰਦਾ ਜੀ ਤੁਸੀਂ ਇਹ ਗੱਲ ਲਿਖੀ ਹੈ ਮੈਂ ਕਿਹਾ ਹਾਂ ਲਿਖੀ ਹੈ ਹਾਂ ਜੀ ਕਹਿੰਦਾ ਨਹੀਂ ਸਾਡੇ ਪਿੰਡ ਵਿੱਚ ਨਹੀਂ ਇਵੇਂ ਹੁੰਦਾ ਹੈਗਾ ਮੈਂ ਕਿਹਾ ਤੁਹਾਡਾ ਪਿੰਡ ਵੱਖਰੀ ਕਿਸਮ ਦਾ ਹੋਣਾ ਜਿਹਦੇ ਵਿੱਚ ਇੱਕ ਪੁਰਸ਼ ਤੇ ਇੱਕ ਔਰਤ ਦਾ ਹੀ ਰਿਸ਼ਤਾ ਚੱਲਦਾ ਹੋਣਾ ਮੈਂ ਕਿਹਾ ਹੁਣ ਇਹ ਰਿਸ਼ਤੇ ਜਿਹੜੇ ਹਨ ਬਹੁਤੇ ਕਾਮਯਾਬ ਨਹੀਂ ਹਨ ਜੇਕਰ ਕੋਈ ਲੜਕੀ ਦਫ਼ਤਰ ਦੇ ਵਿੱਚ ਕੰਮ ਕਰਦੀ ਹੈ ਦਫ਼ਤਰ ਦੇ ਵਿੱਚ ਜਿਹੜੇ ਉਹਦੇ ਕੁਲੀਕਸ ਹਨ ਉਹਨਾਂ ਦੇ ਨਾਲ ਉਹਨਾਂ ਦਾ ਉਸ ਦਾ ਸਹਿਚਾਰ ਹੋਵੇਗਾ ਉੱਠਣ ਬੈਠਣ ਵੀ ਹੋਵੇਗਾ ਉਸ ਨਾਲ ਉਹਨਾਂ ਦੀ ਗੱਲਬਾਤ ਵੀ ਹੋਵੇਗੀ ਤੇ ਇੱਕ ਵਾਰੀ ਕੀ ਹੋਇਆ ਇੱਕ ਆਦਮੀ ਸੀ ਉਸਦੀ ਵਾਈਫ ਬੜੇ ਲਾਇਕ ਸੀ ਉਸਨੇ ਉਸ ਨੂੰ ਕਿਹਾ ਕਿ ਤੂੰ IAS ਦਾ ਇਮਤਿਹਾਨ ਦੇ ਉਸਨੇ IAS ਦਾ ਇਮਤਿਹਾਨ ਦਿੱਤਾ ਪਹਿਲੀ ਵਾਰੀ ਤਾਂ ਨਹੀਂ ਦੂਜੀ ਵਾਰੀ ਉਹ ਸਿਲੈਕਟ ਹੋ ਗਈ। ਉਹ ਟ੍ਰੇਨਿੰਗ ਤੇ ਗਈ। ਟ੍ਰੇਨਿੰਗ ਤੇ ਹੋਰ ਵੀ ਜਿਹੜੇ ਸੀਗੇ IAS ਕੈਂਡੀਡੇਟਸ ਸੀਗੇ ਜਿਹੜਾ ਸਿਲੈਕਟ ਹੋਏ ਸੀ ਉਹਨਾਂ ਦੀ ਟ੍ਰੇਨਿੰਗ ਹੋਣੀ ਸੀਗੀ। ਇਹ ਆਮ ਤੌਰ ਤੇ ਮਸੂਰੀ ਹੁੰਦੀ ਹੈਗੀ ਹੈ। ਹਾਂਜੀ। ਤੇ ਉੱਥੇ ਉਹ ਕਿਸੇ ਹੋਰ ਦੇ ਸੰਪਰਕ ਵਿੱਚ ਆਈ। ਤੇ ਉਸ ਨੂੰ ਲੱਗਿਆ ਕਿ ਮੇਰਾ ਆਪਣਾ ਹਸਬੰਦ ਜਿਹੜਾ ਨਾ ਇਹ ਬੜਾ ਪਛੜਿਆ ਹੋਇਆ ਹੈਗਾ। ਉਸਨੇ ਆਪਣੇ ਹਸਬੰਦ ਨੂੰ ਯਾਕੇ ਉਸ ਬੰਦੇ ਨਾਲ ਵਿਆਹ ਕਰ ਲਿਆ ਤੇ ਉਹ ਬੰਦਾ ਬੜਾ ਕਲਪ ਰਿਹਾ ਸੀ ਕਹਿੰਦਾ ਵੀ ਦੇਖੋ ਮੈਂ ਉਸ ਨੂੰ ਆਈਏਐਸ ਬਣਾਇਆ ਮੈਂ ਕਿਹਾ ਨਹੀਂ ਤੂੰ ਆਈਏਐਸ ਨਹੀਂ ਬਣਾਇਆ ਤੂੰ ਰਿਸਕ ਲਿਆ ਰਿਸਕ ਇਹ ਲਿਆ ਤਾਂ ਮੈਨੂੰ ਸੋਚਣਾ ਚਾਹੀਦਾ ਸੀ ਕਿ ਜੇਕਰ ਉਹ ਆਈਏਐਸ ਬਣ ਜਾਏਗੀ ਕਿ ਤੂੰ ਆਈਏਐਸ ਪਤਨੀ ਦਾ ਪਤੀ ਬਣ ਸਕਦਾ ਹੈ ਰਹਿ ਸਕਦਾ ਹੈ ਕਿ ਉਹ ਤੁਹਾਨੂੰ ਪ੍ਰਮਾਣ ਕਰੇਗੀ ਉਹ ਜਦੋਂ ਆਈਏਐਸ ਬਣ ਗਈ ਭਾਵੇਂ ਤੇਰੇ ਕਾਰਨ ਬਣ ਗਈ ਪਰੰਤੂ ਉਸ ਦੀ ਜ਼ਿੰਦਗੀ ਬਦਲ ਗਈ ਉਹਦੀ ਦੁਨੀਆ ਬਦ ਲੱਗੀ ਉਸ ਬਦਲੀ ਹੋਈ ਦੁਨੀਆ ਦੇ ਵਿੱਚ ਉਸ ਨੇ ਬਦਲੇ ਹੋਏ ਢੰਗ ਦੇ ਨਾਲ ਫੈਸਲੇ ਕਰਨੇ ਸੀ ਉਸ ਨੇ ਫੈਸਲਾ ਕੀਤਾ ਤੈਨੂੰ ਉਹ ਭਾਵੇਂ ਤੂੰ ਔਖਾ ਹੋ ਭਾਵੇਂ ਸੌਖਾ ਹੋ ਇਹ ਫੈਸਲਾ ਤੈਨੂੰ ਪ੍ਰਵਾਨ ਕਰਨਾ ਪਾਊਗਾ ਪਰ ਇਹ ਰਿਸ਼ਤਿਆਂ 'ਚ ਅਨੈਤਿਕਤਾ ਨਹੀਂ ਹੈ ਹਾਂਜੀ ਇਹ ਰਿਸ਼ਤਿਆਂ 'ਚ ਅਨੈਤਿਕਤਾ ਨਹੀਂ ਹੈ ਕਿ ਤੁਸੀਂ ਜੇ ਇੱਕ ਕਦਮ ਵੀ ਅੱਗੇ ਵਧ ਗਏ ਤਾਂ ਤੁਸੀਂ ਕਿਸੇ ਨੂੰ ਪਿਛਾਂ ਛੱਡ ਦਿੰਨੇ ਇਹਵੇਂ ਨਹੀਂ ਹੁੰਦਾ ਹੁੰਦਾ ਇਹ ਤਾਂ ਹੋਵੇਂ ਆ ਜਿਵੇਂ ਟੀਚਰ ਜਿਹੜਾ ਨਾ ਉਹ ਜੇਕਰ ਉਹਦਾ ਕੋਈ ਸਟੂਡੈਂਟ ਵੱਡਾ ਅਫਸਰ ਲੱਗ ਜਾਂਦਾ ਤੇ ਉਹ ਇਹ ਐਕਸਪੈਕਟ ਕਰੇ ਕਿ ਸਾਰੀ ਜ਼ਿੰਦਗੀ ਜਿਹੜਾ ਨਾ ਮੇਰੇ ਪ੍ਰਤੀ ਧੰਨਵਾਦੀ ਰਹੇਗਾ ਜਾਂ ਮੇਰੀ ਸੇਵਾ ਕਰੇਗਾ ਇਹ ਵੀ ਨਹੀਂ ਹੁੰਦਾ ਹੁੰਦਾ ਉਹਨੇ ਆਪਣਾ ਰੋਲ ਨਿਭਾ ਦਿੱਤਾ ਜਿੰਨਾ ਚਿਰ ਉਹ ਉਸਦੇ ਨਾਲ ਰਹੀ ਮੈਨੂੰ ਇੱਕ ਬੰਦਾ ਮਿਲਿਆ ਸੀ ਉਹ ਕਹਿੰਦਾ ਜੇ ਮੈਂ ਆਪਣੀ ਵਾਈਫ ਨੂੰ ਨਾ ਆਈਏਐਸ ਕਰਵਾ ਸਕਦਾ ਹੈਗਾ ਮੈਂ ਕਿਹਾ ਤੂੰ ਆਪ ਕਿਉਂ ਨਹੀਂ ਕਰਦਾ ਹਾਂਜੀ ਕਹਿੰਦਾ ਮੇਰੇ ਵਿੱਚ ਕਪੈਸਿਟੀ ਨਹੀਂ ਹੈਗੀ ਮੇਰੀ ਵਾਈਫ ਦੇ ਵਿੱਚ ਹੈਗੀ ਹੈ ਮੈਂ ਕਿਹਾ ਉਹਨੂੰ ਕਰਵਾਏਗਾ ਤਾਂ ਇਹ ਖਤਰਾ ਵੀ ਹੈਗਾ ਕਿ ਉਹ ਤੈਨੂੰ ਛੱਡ ਜਾਏਗੀ ਹਾਂਜੀ ਹੁਣ ਫੈਸਲਾ ਉਸਨੇ ਇਹ ਦੇਖ ਕੇ ਕਰਨਾ ਹੈ ਜਦੋਂ ਆਪਾਂ ਆਪਣੇ ਬੱਚਿਆਂ ਨੂੰ ਕਹਿੰਦੇ ਆ ਨਾ ਕਿ ਤੁਹਾਡੀ ਆਪਣੀ ਸੋਚ ਹੋਣੀ ਚਾਹੀਦੀ ਹੈ ਤੇ ਸੋਚ ਤੋਂ ਬਾਅਦ ਅਸੀਂ ਇਹ ਐਕਸਪੈਕਟ ਕਰਦੇ ਹਾਂ ਕਿ ਇਹ ਮੇਰੀ ਹਰੇਕ ਗੱਲ ਨੂੰ ਮੰਨੇ ਇਹ ਮੇਰੀ ਹਰੇਕ ਗੱਲ ਨਾਲ ਸਹਿਮਤ ਹੋਵੇ ਇਹ ਨਹੀਂ ਹੋ ਜਾ ਜੇਕਰ ਪਿਤਾ ਧਾਰਮਿਕ ਵਿਚਾਰਾਂ ਵਾਲਾ ਹੈਗਾ ਤੇ ਜੇਕਰ ਪੁੱਤਰ ਨੂੰ ਸੋਚਣ ਦੀ ਆਦਤ ਹੈ ਜ਼ਰੂਰੀ ਨਹੀਂ ਕਿ ਉਹ ਧਾਰਮਿਕ ਵਿਚਾਰਾਂ ਵਾਲਾ ਹੋਵੇਗਾ ਤੇ ਉਸ ਵੇਲੇ ਪਿਤਾ ਜਿਹੜਾ ਨਾ ਇਸ ਗੱਲ ਤੇ ਦੁਖੀ ਹੋਏਗਾ ਕਿ ਇਹ ਹੁਣ ਮੇਰੀ ਗੱਲ ਹੀ ਨਹੀਂ ਸੁਣਦਾ ਇਹ ਮੇਰੀ ਗੱਲ ਹੀ ਨਹੀਂ ਮੰਨਦਾ ਜੇ ਤੁਸੀਂ ਚਾਹੋ ਨਿਓ ਕਿ ਉਹ ਸੋਚੇ ਉਹ ਸੋਚੇਗਾ ਤਾਂ ਉਸ ਸੋਚਣ ਦੇ ਨਾਲ ਜਿਹੜੀ ਉਹਦੇ ਵਿੱਚ ਤਬਦੀਲੀ ਆਵੇਗੀ ਕੀ ਤੁਸੀਂ ਉਸ ਨੂੰ ਬਰਦਾਸ਼ਤ ਕਰਨ ਦੇ ਕਾਬਿਲ ਹੋ ਕੀ ਬਰਦਾਸ਼ਤ ਕਰਨ ਦੇ ਯੋਗ ਹੋ ਮੈਂ ਜਾਣਦਾ ਕਿ ਮੇਰੇ ਬੱਚੇ ਜਿਹੜੇ ਹਨ ਮੇਰੇ ਨਾਲੋਂ ਜ਼ਿਆਦੇ ਸਿਆਣੇ ਹਨ ਉਹ ਜ਼ਿਆਦੇ ਪੜ੍ਹੇ ਲਿਖੇ ਹਨ ਉਹਨਾਂ ਦੀ ਆਮਦਨ ਜ਼ਿਆਦਾ ਹੈਗੀ ਹੈ ਆਮਦਨ ਦੇ ਨਾਲ ਸੋਚ ਪੈਦਾ ਹੁੰਦੀ ਹੈ ਆਮਦਨ ਨਾਲ ਲਾਲ ਵਿਹਾਰ ਬਦਲਦਾ ਹੈਗਾ ਸੋ ਮੈਨੂੰ ਇਹ ਐਕਸੈਪਟ ਕਰਨਾ ਚਾਹੀਦਾ ਹੈ ਕਿ ਉਹਨਾਂ ਦੀ ਸੋਚ ਆਪਣੀ ਹੈ ਜੇ ਮੈਂ ਉਹਨਾਂ ਨੂੰ ਫੇਰ ਵੀ ਗਾਈਡ ਕਰੀ ਜਾਵਾਂ ਮੈਂ ਹੀ ਉਹਨਾਂ ਨੂੰ ਹਰ ਗੱਲ ਸਮਝਾਈ ਜਾਵਾਂ ਇਹ ਗਲਤ ਹੈਗਾ ਇੱਕ ਲੜਕੇ ਸੇ ਉਹ ਉਹਦੀ ਜਿਹੜੀ ਮਾਂ ਸੀ ਨਾ ਉਹ ਕੋਈ ਟੈਲੀਫੋਨ ਤੇ ਕੁਝ ਕਰ ਰਹੀ ਸੀ ਉਹ ਕਹਿੰਦੇ ਕੀ ਕਰ ਰਹੀ ਹੈ ਕੰਨੀ ਮੈਂ ਗੇਮ ਖੇਡ ਰਹੀ ਨਹੀਂ ਤੇ ਮਾਂ ਕਹਿੰਦੇ ਗੇਮਸ ਨਾ ਖੇਡਿਆ ਕਰ ਸਿਰ ਦੁਖਣ ਲੱਗ ਜਾਊਗਾ ਤੇਰਾ ਤੇ ਉਹ ਰੋਟੀ ਖਾਣ ਲੱਗੇ ਉਹਨੇ ਥੋੜਾ ਜਿਹਾ ਚਾਹ ਲਾ ਲਿਆ ਤੇ ਮਾਂ ਕਹਿੰਦੇ ਆ ਅਚਾਰ ਨਾ ਬਹੁਤਾ ਖਾਇਆ ਕਰ ਇਸ ਨਾਲ ਐਸਿਡਿਟੀ ਹੋ ਜਾਂਦੀ ਹੈ ਉਹ ਚਾਹ ਪੀ ਰਹੀ ਸੀ ਚਾਹ ਬਹੁਤੇ ਗਰਮ ਨਾ ਪੀਆ ਕਰ ਇਹ ਗਲੇ ਚ ਜਿਹੜੀ ਹੈ ਤੰਗ ਕਰਦੀ ਹੈਗੀ ਉਹ ਕਹਿੰਦੀ ਮਾਂ ਮੈਂ ਆਫਸਰ ਲੱਗੀ ਹੋਈ ਆ ਤੇ ਮੈਨੂੰ ਹਰ ਗੱਲ ਜਿਹੜੀ ਹੈ ਕਿਉਂ ਸਮਝਾਉਣ ਲੱਗ ਜਾਨੀ ਹੈ ਕੀ ਹੈ ਤੋ ਕੀ ਸਮਝਦੀ ਹੈ ਕਿ ਮੈਂ ਅਜੇ 5-6 ਸਾਲ ਦੀ ਬੱਚੀ ਹੈਗੀ ਆ ਸੋ ਤਬਦੀਲੀ ਆ ਰਹੀ ਹੈ ਤਬਦੀਲੀ ਨੂੰ ਐਕਸੈਪਟ ਵੀ ਕਰੋ ਹਾਂ ਜੀ ਤਬਦੀਲੀ ਨੂੰ ਐਕਸੈਪਟ ਵੀ ਕਰੋ ਰਿਸ਼ਤੇ ਵਿੱਚ ਵੀ ਤਬਦੀਲੀ ਆ ਰਹੀ ਹੈ ਹੁਣ ਨਵੇਂ ਜ਼ਮਾਨੇ ਦੇ ਹਸਬੰਡ ਵਾਈਫ ਹੋਰ ਕਿਸਮ ਦੇ ਆ ਇਹ ਨਹੀਂ ਹੈਗਾ ਕਿ ਉਹ ਹਰ ਗੱਲ ਤੁਹਾਡੀ ਮੰਨਣਗੇ ਜਿਵੇਂ ਤੁਸੀਂ ਕਹੋਗੇ ਉਵੇਂ ਕਰਨਗੇ ਜੇਕਰ ਲੜਕੀ ਜਿਹੜੀ ਹੁਣ ਹਰ ਇੱਕ ਲੜਕੀ ਜਿਹੜੀ ਹੈ ਨਾ ਉਹਦੇ ਦੋ ਡਰੈਸ ਹੈ ਇੱਕ ਉਹ ਡਰੈਸ ਹੈ ਜਿਹੜੀ ਘਰ ਦੇ ਵਿੱਚ ਪਾਉਂਦੀ ਹੈ ਇੱਕ ਉਹ ਡਰੈਸ ਹੈ ਜਿਹੜੀ ਬਾਹਰ ਪਾਉਣਾ ਚਾਹੁੰਦੀ ਹੈ ਬਿਲਕੁਲ ਉਹ ਪਿਤਾ ਦੇ ਸਾਹਮਣੇ ਹੋਰ ਕਿਸਮ ਦੀ ਡਰੈਸ ਪਾਉਂਦੀ ਹੈ ਆਪਣੇ ਕਲੀਗਸ ਦੇ ਸਾਹਮਣੇ ਹੋਰ ਕਿਸਮ ਦੀ ਡਰੈਸ ਪਹੁੰਦੀ ਹੈ ਸੋ ਸਾਡੀ ਲਾਈਫ ਦੇ ਵਿੱਚ ਤਬਦੀਲੀ ਆ ਰਹੀ ਹੈ ਵਿਕਾਸ ਵਾਪਰ ਰਿਹਾ ਹੈ ਅਸੀਂ ਫੈਲ ਰਹੇ ਹਾਂ ਸਾਡੀ ਜ਼ਿੰਦਗੀ ਦੇ ਵਿੱਚ ਵੈਰਾਈਟੀ ਵੱਧ ਰਹੀ ਹੈ ਸਾਡੇ ਜ਼ਿੰਦਗੀ ਦੇ ਵਿੱਚ ਨਵੇਂ ਅਨੁਭਵ ਜਿਹੜੇ ਹਨ ਨਾ ਉਹ ਆ ਰਹੇ ਹਨ ਹੁਣ ਸਾਡੇ ਕੋਲ ਖਰਚਣ ਵਾਸਤੇ ਪੈਸੇ ਜ਼ਿਆਦੇ ਹਨ ਵਿਜ਼ਿਟ ਕਰਨ ਵਾਲੀਆਂ ਥਾਵਾਂ ਜ਼ਿਆਦੇ ਹਨ ਮਿਲਣ ਗਿਲਣ ਵਾਲੇ ਲੋਕ ਜ਼ਿਆਦੇ ਹਨ ਖਾਣ ਪੀਣ ਵਾਲੀਆਂ ਚੀਜ਼ਾਂ ਜ਼ਿਆਦੇ ਹਨ ਪਹਿਨਣ ਵਾਲੇ ਕੱਪੜੇ ਜ਼ਿਆਦੇ ਹਨ ਸਭ ਕੁਝ ਬਦਲ ਰਿਹਾ ਹੈ ਉਸ ਬਦਲਣ ਦੇ ਨਾਲ ਸਾਨੂੰ ਵੀ ਬਦਲਣਾ ਚਾਹੀਦਾ ਹੈ ਤਾਂ ਹੀ ਅਸੀਂ ਜ਼ਮਾਨੇ ਦੇ ਨਾਲ ਜਿਹੜਾ ਨਾ ਚੱਲ ਸਕਾਂਗੇ ਹੁਣ ਰਿਸ਼ਤੇ ਤੁਸੀਂ ਦੇਖੋ ਕੀ ਹੈਗਾ ਆਮ ਤੌਰ ਤੇ ਪਰਿਵਾਰ ਦੇ ਵਿੱਚ ਜਿਨ੍ਹਾਂ ਨੂੰ ਸਮਾਜਿਕ ਰਿਸ਼ਤੇ ਕਹਿੰਦੇ ਹਨ ਉਹ ਔਰਤ ਨਾਲ ਪੈਦਾ ਹੁੰਦੇ ਹੈਗੇ। ਹਾਂਜੀ। ਔਰਤ ਜਿਹੜੀ ਹੈ ਉਸ ਦਾ ਕੰਮ ਹੈ ਮਨੁੱਖ ਜਾਤੀ ਨੂੰ ਮਨੁੱਖ ਨਸਲ ਨੂੰ ਅੱਗੇ ਤੋਰਨਾ। ਇੱਕ ਹੋਰ ਪੁਲੇਖਾ ਤੁਸੀਂ ਦੇਖੋ। ਹੋਣ ਵਾਲਾ ਬੱਚਾ ਲੜਕਾ ਹੋਏਗਾ ਜਾਂ ਲੜਕੀ ਹੋਏਗੀ ਇਹ ਔਰਤ ਉਤੇ ਨਿਰਪੰਨ ਨਹੀਂ ਕਰਦਾ। ਇਹ ਪੁਰਸ਼ ਉਤੇ ਨਿਰਭਰ ਕਰਦਾ। ਬਹੁਤ ਸਾਰੀਆਂ ਸੱਸਾਂ ਜਿਹੜੀਆਂ ਨਾ ਨੋਹ ਨੂੰ ਇਸ ਕਰਕੇ ਪਰੇਸ਼ਾਨ ਕਰੀ ਜਾ ਰਹੀ ਹੈ ਕਿ ਤੋ ਪੁੱਤਰ ਨਹੀਂ ਜੰਮ ਰਹੇ ਹਾਂਜੀ ਭਈ ਤੂੰ ਧੀਆ ਨੂੰ ਜਨਮ ਦੇਈ ਜਾ ਰਹੀ ਮਤਲਬ ਜਦੋਂ ਕਿ ਨੁਕਸ ਨਾ ਔਰਤ ਵਿੱਚ ਹੈ ਨਾ ਪੁਰਸ਼ ਵਿੱਚ ਹੈ ਇਹ ਤਾਂ ਕੁਦਰਤ ਦਾ ਅਸੂਲ ਹੈ ਉਹਦਾ ਟੰਗ ਹੈ ਜੇਕਰ ਫਿਰ ਵੀ ਨੁਕਸ ਕਿਸੇ ਚ ਕੱਢਣਾ ਉਸਨੇ ਤਾਂ ਆਪਣੇ ਪੁੱਤਰ ਤੇ ਕੱਢੇ ਪੁੱਤਰ ਵਿੱਚ ਨਹੀਂ ਕੱਢਦੀ ਹੈਗੀ ਹੁਣ ਜੇਕਰ ਸਾਈਕੋਲੋਜੀਕਲ ਇਹ ਉਸ ਨੂੰ ਦੇਖਿਆ ਜਾਵੇ ਨਾ ਸੱਸ ਤੇ ਨੂੰਹ ਦਾ ਰਿਸ਼ਤਾ ਜਿਹੜਾ ਨਾ ਉਹ ਬੇਸਿਕਲੀ ਸੌਂਕਣਾ ਦਾ ਰਿਸ਼ਤਾ ਹੈ। ਹਮਮ। ਪੁਰਸ਼ ਕੌਣ ਹੈ? ਪੁਰਸ਼ ਉਹਦਾ ਪੁੱਤਰ ਹੈ, ਉਹਦਾ ਪਤੀ ਹੈ। ਹਮਮ। ਇੱਕ ਨੂੰਹ ਨੂੰ ਸੱਸ ਨੇ ਕੱਢ ਦਿੱਤਾ। ਤੇ ਬਾਅਦ ਚ ਕਹਿੰਦੇ ਆ ਉਹਦਾ ਪੁੱਤਰ ਸੀ, ਉਸ ਨੂੰਹ ਦਾ ਛੋਟਾ ਬੱਚਾ ਸੀ ਤੇ ਉਹ ਮਾਂ ਨੂੰ ਯਾਦ ਕਰਦਾ ਸੀ ਤੇ ਸੱਸ ਆਪਣੀ ਨੂੰਹ ਨੂੰ ਕਹਿੰਦੀ ਆ ਆਜਾ ਪੁੱਤਰ ਯਾਦ ਕਰਦਾ। ਹਮਮ। ਉਹ ਪੁੱਛਦੀ ਆ ਤੇਰਾ ਕਿ ਮੇਰਾ?